ਖਾ ਖਾ ਜਾਓਗੇ ਕਿ ਆਖਿਰਕਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਕਿਉਂ ਇਕੱਠਾ ਹੋਏ ਪਏ ਨੇ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਮੁਖਤਾਰ ਅੰਸਾਰੀ ਨੂੰ ਸਪੁਰਦੇ ਖਾਕ ਕੀਤਾ ਜਾਏਗਾ ਅਤੇ ਉਹਨਾਂ ਦੇ ਚੋਣ ਵਾਲੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ। ਤਾਂ ਪੁਲਿਸ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਜਿੱਥੇ ਪ੍ਰਬੰਧ ਕੀਤੇ ਗਏ ਨੇ, ਫੌਜੀ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ। ਤਾਂ ਸਪੁਰਦੇ ਖਾਕ ਕਰਨ ਦੇ ਲਈ ਮੁਖਤਾਰ ਅੰਸਾਰੀ ਨੂੰ ਉਹਨਾਂ ਦੇ ਸਮਰਥਕ ਕਿੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ, ਇਹ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਥੋੜ੍ਹੀ ਦੇਰ ਦੇ ਵਿੱਚ ਸਪੁਰਦੇ ਖਾਕ ਕੀਤਾ ਜਾਏਗਾ ਮੁਖਤਾਰ ਅੰਸਾਰੀ ਨੂੰ, ਜਿਨ੍ਹਾਂ ਨੂੰ ਹਾਰਟ ਅਟੈਕ ਕਰਕੇ ਉਹ ਇਸ ਸੰਸਾਰ ਨੂੰ ਅਲਵਿਦਾ ਆ ਗਏ ਨੇ। ਤਕਰੀਬਨ ਕਈ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਚੁੱਕੀ ਹੈ, ਪਰ ਇਹ ਤਸਵੀਰਾਂ ਵੇਖ ਕੇ ਤੁਸੀਂ ਭੁਲੇਖਾ ਖਾ ਜਾਓਗੇ ਕਿ ਆਖਿਰਕਾਰ ਕੋਈ ਮੇਲਾ ਜਾਂ ਫਿਰ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠਾ ਹੋਏ ਨੇ, ਕੋਈ ਰੈਲੀ ਹੋਏਗੀ। ਪਰ ਇਹ ਨਾ ਤਾਂ ਕੋਈ ਮੇਲਾ ਹੈ, ਨਾ ਹੀ ਕੋਈ ਰੈਲੀ ਹੈ, ਬਲਕਿ ਮੁਖਤਾਰ ਅੰਸਾਰੀ ਨੂੰ ਸਪੁਰਦੇ ਖਾਕ ਕਰਨ ਦੇ ਲਈ ਇੰਨੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੇ ਸਮਰਥਕ ਪਹੁੰਚੇ ਹੋਏ ਨੇ। ਤਾਂ ਜਿੱਥੇ ਮੁਖਤਾਰ ਅੰਸਾਰੀ ਦੀ ਮਾਤਾ ਦੀ ਕਬਰ ਬਣੀ ਆ, ਉੱਥੇ ਹੀ ਨਜ਼ਦੀਕ ਜੋ ਹੈ ਮੁਖਤਾਰ ਅੰਸਾਰੀ ਨੂੰ ਸਪੁਰਦੇ ਖਾਕ ਕੀਤਾ ਜਾਏਗਾ। ਗਾਜ਼ੀਪੁਰ ਦੇ ਵਿੱਚ ਕਾਲੀ ਬਾਗ ਦੇ ਸ਼ਮਸ਼ਾਨ ਘਾਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਖਿਰਕਾਰ ਜੇਲ੍ਹ ਦੇ ਵਿੱਚ ਜੋ ਹੈ ਕਾਫੀ ਸਮਾਂ ਉਹਨਾਂ ਨੇ ਬਤੀਤ ਕੀਤਾ ਮੁਖਤਾਰ ਅੰਸਾਰੀ ਨੇ, ਪਰ ਅਚਾਨਕ ਉਹਨਾਂ ਦੀ ਤਬੀਅਤ ਵਿਗੜਦੀ ਹੈ ਜਿਸ ਕਰਕੇ ਉਹਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ। ਪੁਲਿਸ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ, ਕਬਰਿਸਤਾਨ ਦੇ ਬਾਹਰ ਵੱਡੇ ਪੱਧਰ 'ਤੇ ਸੁਰੱਖਿਆ ਦੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਤਾਂ ਮੁਖਤਾਰ ਅੰਸਾਰੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਖੱਟਿਆ, ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਸਪੁਰਦੇ ਖਾਕ ਕਰਨ ਦੇ ਲਈ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕ ਤੜਕਸਾਰ ਆਪੋ ਆਪਣੇ ਘਰਾਂ ਤੋਂ ਬਾਹਰ ਨਿਕਲੇ ਅਤੇ ਮੁਖਤਾਰ ਅੰਸਾਰੀ ਨੂੰ ਆਖਰੀ ਅਲਵਿਦਾ ਆਖਣ ਦੇ ਲਈ ਪਹੁੰਚੇ ਹੋਏ ਨੇ। ਤਾਂ ਘਰ ਤੋਂ ਲਾਸਟ ਰਾਈਡ ਜਿਹੜੀ ਚੱਲੀ, ਉਸ ਵੇਲੇ ਵੀ ਪੁਲਿਸ ਦੇ ਵੱਲੋਂ ਇੱਕ ਚੇਨ ਬਣਾਈ ਗਈ, ਉਸ ਚੇਨ ਦੇ ਦਰਮਿਆਨ ਹੀ ਸਮਰਥਕਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਰੱਖਿਆ ਗਿਆ। ਅਤੇ ਹੁਣ ਜਿੱਥੇ ਮੁਖਤਾਰ ਅੰਸਾਰੀ ਦੀ ਮਾਂ ਦੀ ਕਬਰ ਬਣਾਈ ਗਈ ਸੀ, ਬਿਲਕੁਲ ਉਸ ਦੇ ਨਜ਼ਦੀਕ ਹੀ ਮੁਖਤਾਰ ਅੰਸਾਰੀ ਨੂੰ ਦਫਨਾਇਆ ਜਾਏਗਾ, ਸਪੁਰਦੇ ਖਾਕ ਕੀਤਾ ਜਾਏਗਾ। ਹਾਰਟ ਅਟੈਕ ਕਰਕੇ ਜੋ ਹੈ ਮੌਤ ਹੋਈ ਸੀ, ਜਿਸ ਤੋਂ ਬਾਅਦ ਪਰਿਵਾਰ ਇਲਜ਼ਾਮ ਲਗਾ ਰਿਹਾ ਸੀ, ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਤਿਆਰ ਹੋ ਜਾਂਦੇ ਨੇ। ਮੁਖਤਾਰ ਅੰਸਾਰੀ ਦਾ ਸਪੁਰਦੇ ਖਾਕ ਕਰਨ ਦੇ ਲਈ ਤਾਂ ਕ੍ਰਿਕਟ ਦਾ ਜਨੂੰਨ ਰੱਖਦੇ ਸਨ ਮੁਖਤਾਰ ਅੰਸਾਰੀ। ਜ਼ੁਰਮ ਦੀ ਦੁਨੀਆ ਦੇ ਵਿੱਚ ਪੈਰ ਰੱਖਿਆ, ਵੱਡਾ ਨਾਮ ਸੀ ਜ਼ੁਰਮ ਦੀ ਦੁਨੀਆ ਦੇ ਵਿੱਚ, ਪੰਜਾਬ ਦੇ ਵਿੱਚ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੇ ਨੇ ਮੁਖਤਾਰ ਅੰਸਾਰੀ, ਪਰ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਅਤੇ ਉਹਨਾਂ ਨੂੰ ਸਪੁਰਦੇ ਖਾਕ ਕਰਨ ਦੇ ਲਈ ਇੰਨੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੇ ਸਮਰਥਕ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਪਹੁੰਚੇ ਹੋਏ ਨੇ।